ਸਾਨੂੰ ਵੀ ਇੱਕ ਕਦਮ ਵੀ ਅੱਗੇ ਵਧਣ ਲਈ ਤਿਆਰ ਨਹੀਂ। ਤਿੰਨ ਚਾਰ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਸਾਥੀਆਂ ਨੂੰ ਲੈ ਕੇ ਬਾਰਡਰ ਦੇ ਵਿੱਚ ਆਉਣ। 10 ਮਹੀਨੇ ਪਹਿਲਾਂ ਹੀ ਸਿਆਸੀ ਪਾਰਟੀਆਂ ਨੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਹਾਲੇ ਵੀ 6 ਮਹੀਨੇ ਬਾਕੀ ਪਏ ਨੇ ਚੋਣਾਂ ਦੇ ਵਿੱਚ। ਪਾਰਟੀਆਂ ਜਦੋਂ ਪਿੰਡਾਂ ਵਿੱਚ ਚੋਣ ਪ੍ਰਚਾਰ ਲਈ ਜਾਂਦੀਆਂ ਹਨ ਤਾਂ ਬਹੁਤ ਥਾਈ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਹ ਆਪਣੀ ਪਾਰਟੀ ਦੇ 5 ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚਣ। ਸਰਕਾਰ ਦੀ ਇਹ ਚਾਲ ਸਾਫ ਨਜ਼ਰ ਆਉਂਦੀ ਹੈ ਕਿ ਉਹ ਕਿਸਾਨਾਂ ਨੂੰ 2 ਥਾਵਾਂ 'ਤੇ ਉਲਝਾ ਕੇ ਰੱਖਣਾ ਚਾਹੁੰਦੀ ਹੈ। ਫੈਸਲਾ ਕੀਤਾ ਗਿਆ ਕਿ ਕੁਝ ਆਗੂਆਂ ਦੀ ਇੱਥੇ ਇੱਥੋਂ ਕਰਨਾਲ ਦੇ ਮੋਰਚੇ ਵਿੱਚ ਡਿਊਟੀ ਲਾਈ ਜਾਏ ਅਤੇ ਬਾਕੀ ਦੇ ਇੱਥੇ ਮੋਰਚਾ ਸੰਭਾਲਣ। ਇੱਕ ਅਧਿਕਾਰੀ ਨੇ ਸੰਵਿਧਾਨ 'ਤੇ ਉਲਟ ਜਾ ਕੇ ਜਿਸ ਤਰ੍ਹਾਂ ਸਿਰ ਕਿਸਾਨਾਂ ਦੇ ਸਿਰ ਪਾੜਨ ਲਈ ਅਤੇ ਹੱਡੀਆਂ ਭੰਨਣ ਲਈ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ, ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਲੈ ਕੇ ਕਿਸਾਨ ਕਰਨਾਲ ਵਿੱਚ ਇਕੱਠੇ ਹੋਏ ਸੀ। ਜਦੋਂ ਤੱਕ ਇੱਥੇ ਮੋਰਚਾ ਚੱਲੇਗਾ ਉੱਥੇ ਇੱਕ ਵੱਡਾ ਇਕੱਠ ਸਾਰਿਆਂ ਦੀ ਸਾਂਝ ਦੇ ਨਾਲ ਜਾਰੀ ਰਹੇਗਾ। ਕੱਲ੍ਹ ਸਿੰਘੂ ਬਾਰਡਰ ਉੱਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਸੰਬੰਧੀ ਇੱਕ ਮੀਟਿੰਗ ਸਰ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਕਜਾਰੀਆ ਹਾਊਸ ਦਫ਼ਤਰ ਵਿਖੇ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਕੇਡਰ ਨੂੰ ਅਤੇ ਆਪਣੇ ਸਾਰੇ ਅਹੁਦੇਦਾਰਾਂ ਨੂੰ ਹਦਾਇਤ ਕਰਨ ਕਿ ਉਹ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਸਾਥੀਆਂ ਨੂੰ ਲੈ ਕੇ ਬਾਰਡਰ ਦੇ ਵਿੱਚ ਆਉਣ ਤਾਂ ਕਿ ਇੱਥੇ ਹੋਰ ਰੌਣਕ ਨੂੰ ਵਧਾਇਆ ਜਾ ਸਕੇ। ਇੱਕ ਇਹ ਵੀ ਫੈਸਲਾ ਕੀਤਾ ਗਿਆ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ 32 ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਇੱਕ ਚਿੱਠੀ ਲਿਖੀ ਗਈ ਸੀ। ਉਸ ਸੰਬੰਧ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ 10 ਮਹੀਨੇ ਪਹਿਲਾਂ ਹੀ ਸਿਆਸੀ ਪਾਰਟੀਆਂ ਨੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਹਾਲੇ ਵੀ 6 ਮਹੀਨੇ ਬਾਕੀ ਪਏ ਨੇ ਚੋਣਾਂ ਦੇ ਵਿੱਚ। ਪਰ ਪਾਰਟੀਆਂ ਜਦੋਂ ਪਿੰਡਾਂ ਵਿੱਚ ਚੋਣ ਪ੍ਰਚਾਰ ਲਈ ਜਾਂਦੀਆਂ ਹਨ ਤਾਂ ਬਹੁਤ ਥਾਈਂ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਉਹਨਾਂ ਦੀ ਚਿੱਠੀ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਸਾਰੀ ਪਾਰਟੀਆਂ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ ਜਾਵੇ। ਇਸ ਸੰਬੰਧੀ ਕੱਲ੍ਹ ਨੂੰ 11 ਵਜੇ ਚੰਡੀਗੜ੍ਹ ਦੇ ਸੈਕਟਰ 36 ਵਿੱਚ ਪੀਪਲਸ ਕਨਵੈਨਸ਼ਨ ਹਾਲ ਦੇ ਵਿੱਚ ਇੱਕ ਮੀਟਿੰਗ ਸਾਰੀਆਂ ਪਾਰਟੀਆਂ ਨਾਲ ਹੋਵੇਗੀ। ਸਾਰੀਆਂ ਪਾਰਟੀਆਂ ਦੇ ਮੁੱਖ ਆਗੂਆਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਹ ਆਪਣੀ ਪਾਰਟੀ ਦੇ 5 ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚਣ ਤਾਂ ਕਿ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਹਰ ਜਥੇਬੰਦੀ ਆਪਣਾ 1-1 ਨੁਮਾਇੰਦਾ ਭੇਜੇਗੀ। ਚਰਚਾ ਤੋਂ ਬਾਅਦ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਜਾਏਗੀ ਕਿ ਚੋਣਾਂ ਦਾ ਸਮਾਂ ਹਾਲੇ ਬਹੁਤ ਦੂਰ ਪਿਆ ਹੈ, ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਉਹਦੀ ਨੀਤੀ ਘੜੀ ਜਾਵੇਗੀ ਔਰ ਉਹਨਾਂ ਨੂੰ ਉਸ ਲਈ ਅਪੀਲ ਕੀਤੀ ਜਾਵੇਗੀ। ਇਸ ਲਈ ਸਭ ਨੂੰ ਬੇਨਤੀ ਹੈ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਿ ਉਹ ਅੱਜ ਸ਼ਾਮ ਤੱਕ ਆਪੋ ਆਪਣੇ 5-5 ਨੁਮਾਇੰਦਿਆਂ ਦੇ ਨਾਂ ਸਾਨੂੰ ਭੇਜ ਦੇਣ ਤਾਂ ਕਿ ਉਹਨਾਂ ਦਾ ਇੰਤਜ਼ਾਮ ਮੀਟਿੰਗ ਦਾ ਠੀਕ ਕੀਤੇ ਢੰਗ ਨਾਲ ਕੀਤਾ ਜਾ ਸਕੇ। ਔਰ ਇਸੇ ਤਰ੍ਹਾਂ ਕੱਲ੍ਹ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਗਈ ਕਿ ਜਿਹੜਾ ਕਰਨਾਲ ਵਿੱਚ ਮੋਰਚਾ ਕਿਸਾਨ ਜਥੇਬੰਦੀ ਵੱਲੋਂ ਚੱਲ ਰਿਹਾ ਹੈ ਉਹਦੇ ਵਿੱਚ ਸਰਕਾਰ ਦੀ ਇਹ ਚਾਲ ਸਾਫ ਨਜ਼ਰ ਆਉਂਦੀ ਹੈ ਕਿ ਉਹ ਕਿਸਾਨਾਂ ਨੂੰ 2 ਥਾਵਾਂ 'ਤੇ ਉਲਝਾ ਕੇ ਰੱਖਣਾ ਚਾਹੁੰਦੀ ਹੈ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕੁਝ ਆਗੂਆਂ ਦੀ ਇੱਥੇ ਇੱਥੋਂ ਕਰਨਾਲ ਦੇ ਮੋਰਚੇ ਵਿੱਚ ਡਿਊਟੀ ਲਾਈ ਜਾਏ ਅਤੇ ਬਾਕੀ ਦੇ ਇੱਥੇ ਮੋਰਚਾ ਸੰਭਾਲਣ। ਇਸ ਸਰਕਾਰ ਦੇ ਇਸ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ, ਜਦਕਿ ਸਰਕਾਰ ਮਿਨੀਮਮ ਜੋ ਕਰਨਾ ਚਾਹੀਦਾ ਹੈ ਸਰਕਾਰ ਨੂੰ ਇੱਕ ਅਧਿਕਾਰੀ ਨੇ ਸੰਵਿਧਾਨ 'ਤੇ ਉਲਟ ਜਾ ਕੇ ਜਿਸ ਤਰ੍ਹਾਂ ਸਿਰ ਕਿਸਾਨਾਂ ਦੇ ਸਿਰ ਪਾੜਨ ਲਈ ਅਤੇ ਹੱਡੀਆਂ ਭੰਨਣ ਲਈ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ, ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਲੈ ਕੇ ਕਿਸਾਨ ਕਰਨਾਲ ਵਿੱਚ ਇਕੱਠੇ ਹੋਏ ਸੀ, ਪਰ ਸਰਕਾਰ ਹਾਲੇ ਇਸ ਪਾਸੇ ਨੂੰ ਵੀ ਇੱਕ ਕਦਮ ਵੀ ਅੱਗੇ ਵਧਣ ਲਈ ਤਿਆਰ ਨਹੀਂ, ਜੋ ਕਿ ਟੋਟਲੀ ਗੈਰ ਸੰਵਿਧਾਨਕ ਹੈ। ਇਸ ਲਈ ਸਰਕਾਰ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਹ ਹਰਿਆਣੇ ਦੇ ਕਿਸਾਨ ਭਰਾਵਾਂ ਨੂੰ ਯਕੀਨ ਦਵਾਇਆ ਗਿਆ ਕਿ ਦੇਸ਼ ਦੇ ਸਾਰੇ ਕਿਸਾਨ ਉਹਨਾਂ ਦੇ ਨਾਲ ਹਨ, ਜਦੋਂ ਤੱਕ ਇੱਥੇ ਮੋਰਚਾ ਚੱਲੇਗਾ ਉੱਥੇ ਇੱਕ ਵੱਡਾ ਇਕੱਠ ਸਾਰਿਆਂ ਦੀ ਸਾਂਝ ਦੇ ਨਾਲ ਜਾਰੀ ਰਹੇਗਾ। ਬਹੁਤ ਬਹੁਤ ਧੰਨਵਾਦ।
सरकार हाले इस पासे नूं भी एक कदम भी अगे वधण लई तैयार नहीं। तीन चार दिनों के वध तो वध गिणती विच अपने साथियों नूं लैके बॉर्डर दे विच आउण 10 महीने पहले ही सियासी पार्टियां ने चोण मुहिम शुरू कर दित्ती है। हाले भी 6 महीने बाकी पए ने चोणां दे विच। पार्टियां जदों पिंडां विच चोण प्रचार लई जांदियां हन तां बहुत थाई अणसुखावियां घटनावां वापर जांदियां हन। चिट्ठी लिख के कहा गया है कि उह अपनी पार्टी दे 5 नुमाइंदे इस मीटिंग विच शामिल होण लई पहुंचण। सरकार की यह चाल साफ नज़र आती है कि वह किसानों नूं 2 थावां ते उड़ जा के रखना चाहती है। फैसला किया गया कि कुछ आगुआं दी इत्थे इत्थों करनाल दे मोर्चे विच ड्यूटी लाई जाए ते बाकी दे इत्थे मोर्चा संभालण। एक अधिकारी ने संविधान ते उल्ट जा के जिस तरह सिर किसानां दे सिर पाड़न लई ते हड्डियां भन्नण लई पुलिस नूं हदायतां जारी कीतियां, उहदे विरुद्ध कानूनी कार्रवाई दी मंग लै के किसान करनाल विच इकट्ठे होए सी। जदों तक इत्थे मोर्चा चलेगा उत्थे इक वड्डा इकट्ठ सारयां दी सांझ दे नाल जारी रहेगा।